नजायज फायदा उठाया जी। अच्छा ਕਿਵੇਂ ਉਹ ਜਨਾਬ ਉਹ ਜਨਾਨੀ ਨੇ ਨੂੰ ਕੁੱਟ ਕੁੱਟ ਜੱਫੀਆਂ ਪਾਈਆਂ ਨੇ ਜੀ ਨੱਥਿਆ ਫਿਰ ਇਹਦੇ ਚ ਇਹਦਾ ਕੀ ਕਸੂਰ ਹੈ ਸਾਡੇ ਜੇਗੀ ਨੱਥਾ ਦੇ ਕਾਦੇ ਕੇਸ ਜਾਣਦੇ ਕਰਦੇ ਰਫਾ ਦਫਾ ਉਹ ਜਾਣਦੇ ਹੋ ਦਾਰਾ ਓਏ ਜਨਾਬ ਡੀਐਸਪੀ ਨੇ ਨਾਲੇ ਰਫਾ ਦਫਾ ਕਿਵੇਂ ਹੋ ਜੂ ਕੇਸ ਪਹਿਲਾਂ ਵਿਚਲੀ ਗੱਲ ਦੱਸ ਜਨਾਬ ਨੂੰ ਨੱਥਿਆ ਹਾਂਜੀ ਜੇ ਵਿਚਲੀ ਗੱਲ ਦਾ ਤੈਨੂੰ ਪਤਾ ਹੈ ਫਿਰ ਤੂੰ ਹੀ ਦੱਸ ਦੇ ਜਨਾਬ ਇਹ ਜਨਾਨੀ ਦੇ ਘਰੇ ਲੈਣ ਗਿਆ ਜੀ ਆਟਾ ਜਦੋਂ ਉਹ ਵਿਚਾਰੀ ਆਟਾ ਪਾਉਣ ਆਈ ਇਹਨੇ ਬੇੜੇ ਚ ਸੱਪ ਛੜਤਾ ਜੀ ਉਹਨੂੰ ਕਹਿੰਦਾ ਪਹਿਲਾਂ ਮੈਨੂੰ ਕੁੱਟ ਕੁੱਟ ਪਾ ਜੱਫੀਆਂ ਫੇਰ ਸੱਪ ਫੜੂ ਦੱਸੋ ਜੀ ਵਿਚਾਰੀ ਮਰਦੀ ਕੀ ਨਾ ਕਰਦੀ ਹੈ ਇਹਦਾ ਮਤਲਬ ਇਹਨੇ ਤੇ ਇਹਦੇ ਸੱਪ ਨੇ ਮਿਲ ਕੇ ਕੀਤੀ ਆ ਸਾਜ਼ਿਸ਼ ਜੀ ਐਦਾਂ ਕਰੋ ਜੀ ਸਰ ਇਹਦੇ ਸੱਪ ਤੇ ਲਾਓ ਦਫਾ 120 ਬੀ ਤੇ ਇਹਦੇ ਤੇ ਪਾਓ ਜਿੰਸੀ ਛੇੜਛਾੜ ਦਾ ਕੇਸ ਇਹਨੂੰ ਕਰੋ ਹਵਾਲਾ ਚ ਬੰਦ ਤੇ ਸੱਪ ਨੂੰ ਪਾਓ ਕੁਝ ਚ ਇਹਨਾਂ ਦੋਨਾਂ ਦਾ ਲੈਨੇ ਆ ਪੁਲਿਸ ਰਿਮਾਂਡ ਚਲੋ ਹੁਣ ਚਲੋ ਚੱਲ ਪਰ ਜਨਾਬ ਇੱਕ ਗੱਲ ਸਮਝ ਨਹੀਂ ਲੱਗੀ ਜੀ ਹੁਣ ਕਿਹੜੀ ਰਹਿ ਗਈ ਆ ਨਾਗ ਦੇਵਤਾ ਤੋਂ ਪੁੱਛ ਗਿੱਛ ਕਿਵੇਂ ਕਰਾਂਗੇ ਜੀ ਉਵੇਂ ਜਿਵੇਂ ਜੋਗੀ ਕਰਦਾ ਹੁੰਦਾ ਮੈਂ ਓਏ ਜਨਾਬ ਤੁਸੀਂ ਕਾਗਜ਼ੀ ਕਾਰਵਾਈ ਪੂਰੀ ਕਰੋ ਬਾਕੀ ਇੰਤਜ਼ਾਮ ਮੈਂ ਆਪੀ ਕਰ ਲੂੰਗਾ ਕਿੱਥੋਂ ਪੁਲਿਸ ਦੇ ਵਿੱਚ ਆਰਕੈਸਟਰਾ ਭਰਤੀ ਕੀਤਾ ਹੈ ਹੌਲਦਾਰ ਇੱਕ ਨਵਾਂ ਨਾਗ ਦਾ ਬੱਚਾ ਫੜ ਕੇ ਲਿਆਂਦਾ ਦੇਖ ਲੈ ਓ ਲੈ ਜਾ ਆ ਵੀ ਚਿੱਟੇ ਵਾਲੀ ਹੈ ਹੈਲੋ ਸੇਖੋ ਸਾਹਿਬ ਕਮਿਸ਼ਨਰ ਅਟਵਾਲ ਬੋਲ ਰਿਹਾ ਜੀ ਸਰ ਅੱਜ ਸ਼ਾਮ ਨੂੰ ਮੈਂ ਤੁਹਾਨੂੰ ਮਿਲਣ ਆ ਰਿਹਾ ਸਰ ਆਉਣ ਦੀ ਕੋਈ ਖਾਸ ਵਜ੍ਹਾ ਨਹੀਂ ਵਜ੍ਹਾ ਤਾਂ ਕੋਈ ਖਾਸ ਨਹੀਂ ਸਿਕਿਉਰਿਟੀ ਚੈੱਕ ਕਰਦਾ ਜਾਵਾਂ ਸਰ ਸਿਕਿਉਰਿਟੀ ਚੈੱਕ ਕਰਨ ਦੀ ਕੀ ਲੋੜ ਆ ਪੈਸਾ ਟਰੰਕ 'ਚ ਬੰਦ ਆ ਉੱਤੋਂ ਹਰ ਟਾਈਮ ਪੁਲਿਸ ਦਾ ਪਹਿਰਾ ਉੱਥੇ ਉਹੀ ਤਾਂ ਚੈੱਕ ਕਰਨਾ ਸੀ ਓਕੇ ਸਰ ਜੈਨ ਸਰ ਓ ਮਾਈ ਗੋਡ ਮੈਂ ਹੁਣੇ ਆਇਆ ਜੀ ਸੱਚੇ ਪਾਤਸ਼ਾਹ ਜੈਨ ਸੌਰੀ ਸੇਖੋ ਸਾਹਿਬ ਤੁਹਾਨੂੰ ਤਕਲੀਫ ਹੋਈ ਦਰਅਸਲ ਮੈਂ ਤੁਹਾਡੀ ਡਿਵੀਜ਼ਨ ਅੱਗੋਂ ਲੰਘ ਰਿਹਾ ਸੀ ਸੋਚਿਆ ਖਜ਼ਾਨੇ ਦੀ ਰਕਮ ਦੀ ਸਿਕਿਉਰਿਟੀ ਚੈੱਕ ਕਰਦਾ ਜਾਵਾਂ ਨੋ ਪ੍ਰੋਬਲਮ ਸਰ ਯੂ ਆਰ ਵੈਲਕਮ ਤਨੋ ਸਾਹਿਬ ਹਾਂ ਸਰ ਆਓ ਸਰ ਆਓ ਸਰ ਆਓ ਸਰ ਵੈਲਕਮ ਲੁੱਕ ਐਟ ਦਿਸ ਸਰ ਇਹ ਕੀ ਆ ਹਵਾਲੇ ਦੇ ਟਰੰਕ ਦੀ ਸਿਕਿਉਰਿਟੀ ਹੈ ਸਰ ਵਾਟ ਡੂ ਯੂ ਮੀਨ ਸਰ ਤੁਹਾਨੂੰ ਪਤਾ ਹੈ ਨਾ ਇੱਕ ਵਾਰੀ ਚਾਰਲੇ ਸੋਭਰਾਜ ਤਿਹਾੜ ਜੇਲ੍ਹ ਦੇ ਵਿੱਚ ਨਸ਼ੀਲੀ ਮਠਿਆਈ ਖਾ ਕੇ ਸਿਕਿਉਰਿਟੀ ਗਾਰਡ ਨੂੰ ਬੇਹੋਸ਼ ਕਰਕੇ ਫਰਾਰ ਹੋ ਗਏ ਸਰ ਸੋ ਅਸੀਂ ਨਹੀਂ ਚਾਹੁੰਦੇ ਸੀ ਕੋਈ ਥਾਣੇ ਦੇ ਵਿੱਚ ਇਦਾਂ ਨਸ਼ੀਲੇ ਲੱਡੂ ਵਗੈਰਾ ਵੰਡ ਕੇ ਸਿਕਿਉਰਿਟੀ ਨੂੰ ਸਾਰੀ ਨੂੰ ਬੇਹੋਸ਼ ਕਰਕੇ ਕੋਈ ਟਰੰਕ ਲੈ ਕੇ ਨਾ ਚਲਾ ਜਾਵੇ ਤੇ ਅਸੀਂ ਇਸ ਖਜ਼ਾਨੇ ਵਾਲੇ ਟਰੰਕ ਦੀ ਸਪੈਸ਼ਲ ਸਿਕਿਉਰਿਟੀ ਤਾਇਨਾਤ ਕੀਤੀ ਹੈ ਸਰ ਤੇ ਤੁਹਾਨੂੰ ਤਾਂ ਪਤਾ ਸਰ ਸੱਪ ਤਾਂ ਲੱਡੂ ਖਾ ਨਹੀਂ ਸਕਦਾ ਜੇ ਸੱਪ ਨੇ ਲੱਡੂ ਖਾ ਲਿਆ ਇਹਨੂੰ ਸ਼ੂਗਰ ਹੋ ਜੂ ਸਰ ਜੇ ਸ਼ੂਗਰ ਹੋ ਗਈ ਇਹਦੇ ਮਿੱਠਾ ਵੱਜੂ ਸਰੀਰ 'ਚ ਤੇ ਮਿੱਠਾ ਸੱਪ ਕੀੜੀਆਂ ਤਾਂ ਭੱਜ ਕੇ ਪੈਣਗੀਆਂ ਸਰ ਕੀੜੀ ਐਸੀ ਕਮੀਨੀ ਆ ਕਿ ਹਾਥੀ ਨੂੰ ਵੀ ਕੀੜੀ ਠੀਕ ਹੈ ਠੀਕ ਹੈ ਠੀਕ ਠੀਕ ਹੈ ਸਰ ਆਓ ਸਰ ਆਓ ਪਲੀਜ਼ ਆਓ ओके सिखो साहब यू वेलकम सर आओ सर आओ सर ओ जोगी किथे मर गया वा सप ने गेदे लड़ जे फड़ उनु ए आए ने फड़या जाना साहब जी ओए होर किवें फड़या जाऊ हे ए दे लई सानू मंत्र पढ़ना पैना ते फिर कील के पटारी ते पौणा जेड़ा मंत्र पढ़ना अंदर जाके पढ़ लियो जीबा कटी जांदा है अपनी फिल्म दा सर बहुत वधिया गुड न्यूज़ ये है फिल्म कंप्लीट हो गई गुड हार्ड डिस्क अपनी तैयार पई है होर जे कोई हुक्म है तो दसो ਹੋਰ ਹੁਕਮ ਕੀ ਆ ਹਾਰਡ ਡਿਸਕ ਦੇ ਯਾਰ ਮੈਂ ਉਹਨਾਂ ਦੇ ਮੱਥੇ ਮਾਰ ਕੇ ਆਵਾਂ ਸਰ ਹਾਰਡ ਡਿਸਕ ਤਾਂ ਮੈਂ ਦੇ ਹੀ ਦੇਣੀ ਹੈ ਹਾਂ ਪਰ ਪੁਲਿਸ ਵਾਲਿਆਂ ਤੋਂ ਮੇਰੀ ਪੇਮੈਂਟ ਤਾਂ ਕਰਵਾ ਦਿਓ ਉਹ ਪੇਮੈਂਟ ਤੂੰ ਮੇਰੇ ਤੋਂ ਲੈ ਲਈ ਯਾਰ